ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਾਰੇ ਜਣੇ? ਹੋਰ ਠੀਕ ਠਾਕ ਹੋਵੋਗੇ? ਅਤੇ ਹੋਰ ਸੁਣਾਓ ਬਾਈ, ਕੀ ਹਾਲ ਚਾਲ ਨੇ? ਅਤੇ ਮੈਂ ਵੀਡੀਓ ਬਣਾਉਣ ਲੱਗਿਆ, ਜਿਹੜੇ ਦਿਨੇਸ਼ਵਰ ਮਹਾਰਾਜ ਨਾਲ ਜੁੜੇ ਹੋਏ ਨੇ ਯਾਰ ਦੋਸਤ ਮੇਰੇ, ਮੇਰੀਆਂ ਭੈਣਾਂ ਮਾਵਾਂ ਜੋ ਜੁੜੀਆਂ ਹੋਈਆਂ ਨੇ, ਮੇਰੇ ਯਾਰ ਦੋਸਤ, ਮੇਰੇ ਭਾਈ, ਮੇਰੇ ਭਰਾ, ਅਤੇ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਬੇਨਤੀ ਕਰਦਾ ਕਿ ਜਦੋਂ ਦਿਨੇਸ਼ਵਰ ਮਹਾਰਾਜ ਤੋਂ ਤੁਸੀਂ ਕੰਮ ਲੈਣਾ ਹੁੰਦਾ ਹੈ, ਉਦੋਂ ਤੁਸੀਂ ਵਟਸਐਪ ਕਾਲ ਕਰਦੇ ਹੋ, ਪੇਟੀਐਮ ਕਰਦੇ ਹੋ, ਉਦੋਂ ਕੰਮ ਕਰਾਉਂਦੇ ਹੋ, ਉਦੋਂ ਤੁਹਾਨੂੰ ਦਿਨੇਸ਼ਵਰ ਮਹਾਰਾਜ ਦਿਖ ਜਾਂਦਾ, ਅਤੇ ਹੁਣ ਤੁਹਾਨੂੰ ਦਿਨੇਸ਼ਵਰ ਮਹਾਰਾਜ ਕਿਉਂ ਦਿਸ ਰਿਹਾ? ਦਿਨੇਸ਼ਵਰ ਮਹਾਰਾਜ ਨੂੰ ਅਨਾਪ ਸ਼ਰਾਪ ਬੋਲਣ ਲੱਗ ਰਿਹਾ, ਵੀਡੀਓ ਦੇ ਵਿੱਚ ਗਾਲਾਂ ਕੱਢ ਰਿਹਾ, ਕੁਛ ਵੀ ਜੋ ਉਹਦੇ ਮਨ 'ਚ ਆ ਰਿਹਾ ਉਹ ਕੁਛ ਕਹਿਣ ਲੱਗ ਰਿਹਾ, ਅਤੇ ਤੁਸੀਂ ਚੁੱਪ ਕਾਹਤੋਂ ਬੈਠੇ ਹੋ? ਜੇ ਤੁਸੀਂ ਸੱਚੀ ਹੋ ਦਿਨੇਸ਼ਵਰ ਮਹਾਰਾਜ ਨੂੰ ਦਿਲੋਂ ਪਿਆਰ ਕਰਦੇ ਹੋ, ਦਿਲੋਂ ਰਿਸਪੈਕਟ ਕਰਦੇ ਹੋ ਉਹਦੀ, ਗੁਰੂ ਦਿਨੇਸ਼ਵਰ ਮਹਾਰਾਜ ਦੀ, ਤਾਂ ਵੀਡੀਓ ਪਾਓ ਨਾ, ਉਹਨੂੰ ਗਾਲਾਂ ਕੱਢੋ ਸ਼ਰੇਆਮ ਵੀ ਹਾਂ ਅਸੀਂ ਦਿਨੇਸ਼ਵਰ ਮਹਾਰਾਜ ਦੇ ਨਾਲ, ਫਿਰ ਤੁਹਾਡਾ ਪਤਾ ਲੱਗੂਗਾ ਤੁਸੀਂ ਦਿਲ ਤੋਂ ਪਿਆਰ ਕਰਦੇ ਹੋ। ਜਦੋਂ ਗੁਰੂ ਦਿਨੇਸ਼ਵਰ ਮਹਾਰਾਜ ਲਾਈਵ ਆਉਂਦਾ ਤਾਂ ਕਮੈਂਟ ਕਰਦੇ ਹੋ, ਜੈ ਮਾਤਾ ਦੀ, ਫਲਾਣਾ, ਟਿਮਕਾ ਹੈ, ਵਾਹ ਹੈ। ਹੁਣ ਤੁਸੀਂ ਕਿੱਥੇ ਗਏ ਸਾਰੇ? ਆਪਣੇ ਗੁਰੂ ਨੂੰ ਕੋਈ ਮਾੜਾ ਚੰਗਾ ਬੋਲ ਰਿਹਾ, ਫਿਰ ਆਪਾਂ ਚੁੱਪ ਰਹਿ ਜਾਂਗੇ? ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਗੁਰੂ ਦਿਨੇਸ਼, ਤਾਂ ਮੈਂ ਉਹਦੀ ਦੋ ਤਿੰਨ ਵੀਡੀਓ ਪਾਤੀਆਂ, ਅਤੇ ਗੁਰੂ ਦਿਨੇਸ਼ਵਰ ਮਹਾਰਾਜ ਨੇ ਚੈਨਲ ਦੇ ਉੱਪਰ ਵੀਡੀਓ ਦਿੱਤੀਆਂ। ਠੀਕ ਆ, ਇਹ ਹੁੰਦਾ ਸੱਚੇ ਦਿਲੋਂ ਪਿਆਰ ਕਰਨਾ ਗੁਰੂ ਦਿਨੇਸ਼ਵਰ ਮਹਾਰਾਜ ਨੂੰ। ਜੇ ਦਿਲੋਂ ਪਿਆਰ ਕਰਦੇ ਹੋ ਤਾਂ ਵੀਡੀਓ ਬਣਾ ਬਣਾ ਡਿੱਗੋ, ਉਹਨੂੰ ਉਹਦੀ ਔਕਾਤ ਦੱਸੋ ਵੀ ਕੀ ਔਕਾਤ ਆ ਉਹਦੀ, ਹੈਂ? ਤੁਸੀਂ ਉਵੇਂ ਕਮੈਂਟ ਜਦੋਂ ਗੁਰੂ ਦਿਨੇਸ਼ਵਰ ਮਹਾਰਾਜ ਲਾਈਵ ਆਉਂਦਾ ਉਦੋਂ ਕਮੈਂਟ ਕਰਦੇ ਹੋ, ਹਾਂ ਗੁਰੂ ਜੀ ਆ ਗਏ, ਮਹਾਰਾਜ ਐਂ ਹੋ ਰਿਹਾ, ਸਾਨੂੰ ਐਂ ਹੋ ਰਿਹਾ। ਸਾਰਿਆਂ ਨੂੰ ਬੇਨਤੀ ਹੈ ਵੀ ਉਹਨੂੰ ਵੀਡੀਓ ਬਣਾ ਬਣਾ ਡਿੱਗੋ, ਉਹਨੂੰ ਪਤਾ ਲੱਗੇਗੀ ਅਸੀਂ ਦਿਨੇਸ਼ਵਰ ਮਹਾਰਾਜ ਨਾਲ ਆ।